ਇਹ ਮਤਬਾਕੀ ਘਟਨਾ ਹੈ ਜੀ। ਇਹ ਸਰੇਆਮ ਧੱਕਾ, ਇਹ ਸਾਰੇ ਮੰਤਰੀ ਜਿੰਨੇ ਵੀ ਆ, ਬਟਾਲੇ ਦਾ ਮੰਤਰੀ ਆ, ਉਹ ਸਰੇਆਮ ਚਿੱਟਾ ਵੇਚਦਾ। ਆ ਸਾਡਾ ਹਰਭਜਨ ਸਿੰਘ ATO, ਇਹਨਾਂ ਦਾ ਭਰਾ ਖੁਦ ਚਿੱਟਾ ਵੇਚਦਾ। ਮੇਰੇ ਕੋਲ ਪ੍ਰੂਫ ਆ, ਮੋਬਾਈਲ ਦੇ ਵਿੱਚ ਵੀਡੀਓ ਤੁਹਾਨੂੰ ਦੇ ਦਿੰਦੇ ਹਾਂ। ਉਹ ਵਿਚਾਰਾ 7 ਵਾਰਡ ਮਹੱਲੇ ਤੋਂ ਨਸ਼ਾ ਕਰਕੇ ਕੱਲ੍ਹ ਰੋਡ 'ਤੇ ਡਿੱਗਿਆ ਹੋਇਆ ਸੀ। ਜੇ ਕੋਈ ਗੱਡੀ ਚੜ੍ਹ ਜਾਵੇ ਉਹਨਾਂ 'ਤੇ, ਅਤੇ ਫਿਰ ਕਹਿੰਦਾ ਬਾਬੇ ਨੇ ਦੱਬਤਾ ਜੀ, ਉਹ ਬਾਬੇ ਨੇ ਮਾਰਤਾ, ਲਾਲਾ ਲਾਲਾ ਹੋ ਜਾਣਾ। ਫਿਰ ਉਹ ਕਿਹਨਾਂ ਨੇ ਇਹ ਹੁਣ ਧੱਕਾ ਕਰਨਾ ਸ਼ੁਰੂ ਕਰਤਾ ਭਾਈ ਅੰਮ੍ਰਿਤਪਾਲ ਸਿੰਘ ਦੇ। ਹੁਣ ਪਰਿਵਾਰ 4 ਗ੍ਰਾਮ, 4 ਗ੍ਰਾਮ ਦੱਸ ਰਹੇ ਨਾ, ਹਾਂਜੀ 4 ਗ੍ਰਾਮ, 3,000 ਦਾ ਚਿੱਟਾ ਲਿਆ ਜੀ। ਪਹਿਲੇ ਇੱਕ ਮੀਡੀਆ ਦੇ ਵਿੱਚ ਖਬਰ ਆਈ ਕਿ 3,000 ਦਾ ਚਿੱਟਾ ਖਰੀਦ ਕੇ ਆਇਆ ਵਾ। 3,000 ਉਹਨਾਂ ਨੇ ਗੂਗਲ ਪੇ ਕੀਤੀ ਆ ਕਿ ਪਤਾ ਨਹੀਂ ਫੋਨਪੇ ਕੀਤੀ। ਇੰਨੇ ਸੇਵਾਦਾਰ, ਕਿਸੇ ਨੂੰ ਕਵੇ ਤਾਂ ਜਿੰਨਾ ਮਰਜ਼ੀ ਢੇਰ ਲੱਗ ਜਾਊਗਾ, ਠੀਕ ਹੈ ਜੀ। ਇਹ ਨਜਾਇਜ਼ ਧੱਕਾ, ਨਜਾਇਜ਼ ਸਰੇਆਮ। ਆ ਤੁਸੀਂ ਮੀਡੀਆ ਵਾਲੇ ਜਿੰਨੇ ਵੀ ਵੀਰ ਭਰਾ ਇਕੱਠੇ ਹੋਏ ਆ, ਕਦੀ ਮੀਡੀਆ ਆਪਣਾ ਉਹਨਾਂ ਨੂੰ ਵੀ ਜਾ ਕੇ ਸਵਾਲ ਕਰੋ ਮੰਤਰੀ ਨੂੰ ਕਿ ਤੁਹਾਡੇ ਜੰਡਿਆਲਾ ਸ਼ਹਿਰ ਸਾਫ਼ ਸੁਥਰੀ ਸ਼ਹਿਰ, ਤੁਸੀਂ ਜਾ ਕੇ ਉਹਦੇ ਦੇਖੋ ਕੀ ਪਟਵਾਰਖਾਨਾ ਵਾਲੇ, ਪਟਵਾਰਖਾਨੇ ਵਾਲੇ ਰੋਡ 'ਤੇ 4 ਵਜੇ ਚਲੇ ਜਾਓ, ਛੋਟੇ ਛੋਟੇ ਬੇਟੀਆਂ ਨਸ਼ਾ ਕਰ ਰਹੀਆਂ, ਪਰ ਉਧਰ ਕਿਸੇ ਨੇ ਨਹੀਂ ਜਾਣਾ। ਆ ਪੁਲਿਸ ਪੁਲਿਸ ਪ੍ਰਸ਼ਾਸਨ ਆ ਸਰੇਆਮ ਉਹ ਦੇਣ ਲੈਣ ਕਰਦੇ ਆ ਸਰੇਆਮ। ਆ ਸੋਨੂੰ ਪਹਿਲਵਾਨ ਆ ਧੀਰੇ ਘੋੜ ਦਾ, ਉਹ ਵਿਚਾਰੇ 'ਤੇ ਨਜਾਇਜ਼ ਧੱਕਾ ਕਰਤਾ ਉਹਨਾਂ ਵਿਚਾਰੇ 'ਤੇ, ਉਹ ਪਰਚਾ ਕਰਤਾ ਉਹਨਾਂ 'ਤੇ। ਅਤੇ ਜਦੋਂ SHO ਕੋਲ ਗਏ, SHO ਕਹਿੰਦਾ ਕਿ ਵੀ ਮੰਤਰੀ ਸਾਹਿਬ ਦੀ ਘਰ ਦੀ ਦਾ ਪੂਰਾ ਪ੍ਰੈਸ਼ਰ ਆ ਸਾਡੇ 'ਤੇ। ਉਹਨਾਂ ਨੇ ਇਹ ਗੱਲ ਕਹੀ ਕਿ ਸਰੇਆਮ। ਪਰ ਬੇਨਤੀ ਆ ਹੱਥ ਜੋੜ ਕੇ ਤੁਹਾਡੇ ਮੀਡੀਆ ਵਾਲੇ ਦੇ ਚਰਨਾਂ 'ਚ, ਸੱਚ ਦਿਖਾਓ ਅਤੇ ਆਪਣਾ ਉਹਨਾਂ ਨੂੰ ਵੀ ਸਵਾਲ ਕਰੋ, ਮੰਤਰੀਆਂ ਨੂੰ ਸਵਾਲ ਕਰੋ। ਪਹਿਲੇ ਤਾਂ ਭਾਈ ਸਾਹਿਬ ਜੀ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੇ ਸਰੀਰ ਨੂੰ ਦੇਖੋ, ਕਿਉਂ ਨਸ਼ਾ ਵਾਲਾ ਲੱਗਦਾ, ਲੱਗਦਾ ਨਸ਼ਾ ਵਾਲਾ? ਉਹ ਮੇਰੇ ਵਰਗੇ ਨੂੰ ਕਹਿ ਦੇ ਕਿ ਬਾਬਾ ਤੂੰ ਨਸ਼ੇੜੀ ਆ, ਤਾਂ ਮੰਨ ਵੀ ਲੂੰਗਾ ਮੈਂ, ਕਿਉਂ ਮੇਰਾ ਸਰੀਰ ਉਹ ਜੋ ਆ। ਆ ਸਾਰੇ ਸਿੰਘ ਦਿਨ ਰਾਤ ਇਹ ਕਰਕੇ ਇਲੈਕਸ਼ਨ 'ਚ ਘੁੰਮਦੇ ਰਹੇ ਆ ਦਿਨ ਰਾਤ। ਉਹ ਮਾਵਾਂ ਰੋਂਦੀਆਂ ਕਿ ਵੀ ਭਾਈ ਸਾਹਿਬ ਨੂੰ ਕਢਾ ਲਓ। ਇਹ ਹੁਣ ਭਾਈ ਸਾਹਿਬ ਦੇ ਪਰਿਵਾਰਾਂ ਨੂੰ ਅੰਦਰ ਕਰਨ ਨੂੰ ਫਿਰ ਤੁਲ ਗਏ। ਆ ਕੱਲ੍ਹ ਇਹ ਵੀਰ ਕਹਿ ਰਿਹਾ ਸੀ ਕਿ ਕੋਈ ਕਾਂਗਰਸ ਦਾ ਲੀਡਰ ਮਿਲਿਆ ਅਤੇ ਕਹਿੰਦਾ ਕਿ ਵੀ ਹੁਣ ਫਰੋ ਫਰੀ ਹੋਣਾ ਵਾ। ਉਹ ਅਜੇ ਰਾਤ ਗੱਲ ਸੁਣਨ 'ਚ ਆਇਆ ਅਤੇ ਸਵੇਰੇ ਮੀਡੀਆ ਦੇ ਵਿੱਚ ਖਬਰ ਆ ਗਈ।